ਮੈਂ ਸਰਵਣ ਸਿੰਘ ਭੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਇੱਥੇ ਕੋਰੀਡੋਰ ਕਰਤਾਰਪੁਰ ਦੇ ਦਰਸ਼ਨਾਂ ਨੂੰ ਆਏ ਸੀਗੇ ਪਿੱਛੋਂ ਜਿਹੜਾ ਅੱਜ ਮੁੱਖ ਮੰਤਰੀ ਪੰਜਾਬ ਨੇ ਟਵੀਟ ਕੀਤਾ ਵਾ ਜਿਹੜੀਆਂ ਗੱਲਾਂ ਉਹਨਾਂ ਨੇ ਟਵੀਟ ਦੇ ਵਿੱਚ ਚੱਕੀਆਂ ਨੇ ਅਸੀਂ ਕਹਿਣਾ ਚਾਹਾਂਗੇ ਉਸ ਟਵੀਟ ਤੇ ਵੀ ਮੁੱਖ ਮੰਤਰੀ ਪੰਜਾਬ ਬਿਆਨ ਦੀ ਵਜ੍ਹਾ ਘੱਟ ਤੇ ਕਿਸਾਨਾਂ ਖਿਲਾਫ ਬਹਾਨਾ ਜ਼ਿਆਦਾ ਲੱਭਦੇ ਹੈਗੇ ਵੀ ਬਹਾਨਾ ਮਿਲਣਾ ਚਾਹੀਦਾ ਇੱਕ ਬੰਨੇ ਜਿੱਦਣ ਪ੍ਰਾਲੀ ਵਾਲੇ ਮਸਲੇ ਤੇ ਕਿਸਾਨਾਂ ਨੇ ਕਿਸੇ ਅਧਿਕਾਰੀ ਨੂੰ ਮਜਬੂਰ ਕੀਤਾ ਸੀ ਪ੍ਰਾਲੀ ਨੂੰ ਅੱਗ ਲਾਉਣ ਲਈ ਉਦੋਂ ਟਵੀਟ ਆਇਆ ਸੀ ਭਾਵੇਂ ਉਹਦੇ ਨਾਲ ਅਸੀਂ ਸਹਿਮਤ ਨਹੀਂ ਸੀ ਪਰ ਜਿਹੜਾ ਗੁਰਦੀਪ ਸਿੰਘ ਕੋਠਾਗੁਰੂ ਜਿਹੜੇ ਇਹਨਾਂ ਦੇ ਅਧਿਕਾਰੀ ਗਏ ਖੇਤਾਂ 'ਚ ਖੜੇ ਰਹੇ ਉਹਦੇ ਕਰਕੇ ਖੁਦਕੁਸ਼ੀ ਕਰ ਗਿਆ ਐਕਟ ਸਾਡਾ ਕਹਿੰਦਾ ਵਾ ਵੀ ਜਿਹਦੇ ਕਾਰਨ ਕਰਕੇ ਖੁਦਕੁਸ਼ੀ ਹੋਵੇ ਨਾਲ ਖਿਲਾਫ ਪਰਚਾ ਹੋਣਾ ਉੱਤੇ ਇੱਕ ਸ਼ਬਦ ਨਹੀਂ ਬੋਲੇ ਵੀ ਇਹਨਾਂ ਦੀ ਕਾਰਵਾਈ ਕਰਕੇ ਕਿਸਾਨ ਸਾਡਾ ਨੌਜਵਾਨ ਜਾਂਦਾ ਰਿਹਾ ਦੂਸਰਾ ਇਹ ਕਹਿੰਦੇ ਚੰਡੀਗੜ੍ਹ ਆਜੋ ਦਫ਼ਤਰਾਂ ਦੇ ਗਾੜੀ ਤਰਨਾ ਲਾਓ ਠੀਕ ਹੈਗਾ ਅਸੀਂ ਅਗਸਤ ਮਹੀਨੇ ਦੇ ਵਿੱਚ ਹਾਰੜ ਵਾਲੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਜਾ ਰਹੇ ਸੀ ਤਾਂ ਸਾਨੂੰ ਪਿੰਡਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਔਰ ਹਰਿਆਣੇ ਦੇ ਨੌਜਵਾਨ ਤੇ ਲਾਠੀ ਚਾਰਜ ਹੋਇਆ ਉਹਦੀ ਲੱਤ ਜਾਂਦੀ ਰਹੀ ਸਾਨੂੰ ਜਾਨ ਨਹੀਂ ਸੀ ਦਿੱਤਾ ਹੈਗਾ ਇਹ ਕੌਣ ਜ਼ਿੰਮੇਵਾਰ ਹੈਗੇ ਸੀਗੇ ਦੂਸਰਾ ਮੁੱਖ ਮੰਤਰੀ ਪੰਜਾਬ ਸਾਹਿਬ ਜੜੀਆਂ ਗੱਲਾਂ ਤੁਸੀਂ ਕਰਕੇ ਆਏ ਹੋ ਵੀ ਖੇਤੀ ਨੀਤੀ ਲੈ ਕੇ ਆਵਾਂਗਾ ਹੀ ਨਹੀਂ ਠੀਕ ਹੈ ਕਰਜ਼ਾ ਮਾਫੀ ਹੋਊ ਅਜੇ ਤੱਕ ਨਹੀਂ ਆਈ ਐਮਐਸਪੀ ਤੁਸੀਂ ਨਹੀਂ ਦੇ ਸਕੇ ਸਿਹਤ ਸਹੂਲਤਾਂ ਥੋਡੀਆਂ ਨਹੀਂ ਪੂਰੀਆਂ ਮਿਲੀਆਂ ਐਜੂਕੇਸ਼ਨ ਤੇ ਤੁਸੀਂ ਨਹੀਂ ਕੰਮ ਕਰ ਸਕੇ ਨਸ਼ਾ ਬੰਦੀ ਤੁਹਾਡੇ ਕੋ ਨਹੀਂ ਹੋ ਸਕੀ ਔਰ ਤੁਸੀਂ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਮਸਲੇ ਹੱਲ ਕਰਨ ਚ ਫੇਲ ਹੋਏ ਜੇ ਜੇ ਸਾਨੂੰ ਨਾ ਨਾ ਬੰਦੇ ਮਿਲਣਗੇ ਤਾਂ ਤੁਹਾਨੂੰ ਵੀ ਪਿੰਡਾਂ ਚ ਵਰਕਰ ਨਹੀਂ ਮਿਲਣੇ ਹੈਗੇ ਬੜੇ ਬੜੇ ਅਸੀਂ ਦੇਖਿਆ ਇਸ ਤਰ੍ਹਾਂ ਦੇ ਨਸ਼ੇ ਪਿਛਲੀਆਂ ਸਰਕਾਰਾਂ ਨੂੰ ਵੀ ਆ ਗਏ ਸੀ ਤੁਸੀਂ ਜਿੰਨਾ ਸਮਾਂ ਵੇਸਟ ਆ ਸਾਨੂੰ ਟਵੀਟ ਕਰਕੇ ਬਦਨਾਮ ਕਰਨ ਦੇ ਵਿੱਚ ਟੀਵੀ ਚੈਨਲਾਂ ਚ ਲਾਇਆ ਜੇ ਤੁਸੀਂ ਮੀਟਿੰਗ ਸਾਧ ਕੇ ਮਸਲੇ ਹੱਲ ਕਰੋ ਤੇ ਹੋ ਜਾਊਗੀ ਇਹਦੇ ਨਾਲ ਅਸੀਂ ਕਹਿੰਨੇ ਗੰਨੇ ਦਾ ਬਕਾਇਆ ਤੁਰੰਤ ਦਿਓ ਮਿਲਣਾ ਚਾਲੂ ਕਰੋ ਔਰ 120 ਰੁਪਏ ਰੇਟ ਵਿੱਚ ਵਾਅਦਾ ਕਰੋ ਧੰਨਵਾਦ